ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੰਗ ਕਮਾਂਡਰ ਅਭਿਨੰਦਨ ਦੇ ਬਾਰੇ ਬੋਲਦਿਆਂ ਕਿਹਾ ਕਿ ਹੁਣ ਅਭਿਨੰਦਨ ਦਾ ਮਤਲਬ ਬਦਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੁਸਤਾਨ ਜੋ ਵੀ ਕਰਦਾ ਹੈ ਦੁਨੀਆ ਉਸ ਨੂੰ ਗੌਰ ਨਾਲ ਦੇਖਦੀ ਹੈ। ਹਮਾਰਾ ਦੇਸ਼ ਉਸ ਸਾਮਰਥ੍ਯ ਕੋ ਰੱਖਤਾ ਹੈ, ਹਮ ਅਗਰ ਉਸਕੀ ਤਰਫ ਨਜ਼ਰ ਕਰੇ, ਦੇਖੇ ਕਿ ਕਿਸ ਪ੍ਰਕਾਰ ਕੀ ਵਿਵਸਥਾ ਹਮਾਰੇ ਲੋਕ ਵਿਕਸਿਤ ਕਰ ਸਕਤੇ ਹੈ, ਅਗਰ ਮੇਕਸਿਪ ਅਰੇਂਜਮੈਂਟ ਇਤਨੀ ਉੱਤਮ ਹੋ ਸਕਤੀ ਹੈ, ਤੋ ਪਰਮਾਨੈਂਟ ਵਿਵਸਥਾ ਹੈ ਤੋ ਸ਼ਾਇਦ ਦੁਨੀਆ ਕੇ ਰੂਪ ਮੇਂ ਇੱਕ ਮਾਡਲ ਬਣ ਸਕਤੀ ਹੈ। ਆਪ ਮਾਨ ਕੇ ਚਲੀਏ, ਹਿੰਦੁਸਤਾਨ ਜੋ ਵੀ ਕਰੇਗਾ ਦੁਨੀਆ ਉਸਕੋ ਗੌਰ ਸੇ ਦੇਖਤੀ ਹੈ। ਇਸ ਦੇਸ਼ ਕੀ ਤਾਕਤ ਹੈ, ਡਿਕਸ਼ਨਰੀ ਕੇ ਸ਼ਬਦੋਂ ਕੇ ਅਰਥ ਬਦਲ ਦੇਤਾ ਹੈ। ਕਭੀ ਅਭਿਨੰਦਨ ਕਾ ਅੰਗਰੇਜ਼ੀ ਹੋਤਾ ਥਾ ਕਾਂਗ੍ਰੇਚੁਲੇਸ਼ਨ, ਔਰ ਅਬ ਅਭਿਨੰਦਨ ਕਾ ਅਰਥ ਬਦਲ ਜਾਏਗਾ। ਯੇ ਤਾਕਤ ਇਸ ਦੇਸ਼ ਮੇਂ ਹੈ, ਆਈਏ ਉਸ ਆਤਮ ਵਿਸ਼ਵਾਸ ਕੋ ਲੇਕਰ ਕੇ ਚਲੇ, ਏਕ ਪਰਾਕ੍ਰਮੀ ਰਾਸ਼ਟਰ ਕੇ ਰੂਪ ਮੇਂ ਆਗੇ ਬਢਨਾ ਹੈ, ਔਰ ਸਪਨੋ ਕੋ ਪੂਰਾ ਕਰਨੇ ਕੇ ਲੀਏ ਸਮੇਂ ਬੱਧ ਸਮੇਂ ਸੀਮਾ ਮੇਂ ਏਕ ਕੇ ਬਾਅਦ ਏਕ ਕਦਮ ਉਠਾਨਾ ਹੈ। ਸਰਕਾਰ ਆਪਕੇ ਸਾਥ ਹੈ।